ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਪਰਖਾਸਤ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਮਕਦਮਾ ਦਰਜ ਕੀਤਾ ਗਿਆ ਇਹ ਬੜਾ ਸ਼ਲਾਘਾਯੋਗ ਕਦਮ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਕਿ ਕਿਸੇ ਵੀ ਮੁੱਖ ਮੰਤਰੀ ਦੁਆਰਾ ਸਰਕਾਰ ਦੇ ਮੰਤਰੀ ਨੂੰ ਬਰਖਾਸਤ ਕਰਕੇ ਕਿਸੇ ਰਿਸ਼ਵਤਖੋਰੀ ਦੇ ਮਕਦਮੇ ਦੇ ਵਿੱਚ ਉਹਨੂੰ ਫੜਿਆ ਗਿਆ ਇਦੋਂ ਪਹਿਲਾਂ ਮੈਨੂੰ ਲੱਗਦਾ ਕਿ ਇਲਜ਼ਾਮ ਲੱਗਦੇ ਰਹੇ ਗੱਲਾਂ ਉੱਠਦੀਆਂ ਰਹੀਆਂ ਫਾਈਲਾਂ ਖੁੱਲਦੀਆਂ ਰਹੀਆਂ ਕੇਸ ਵੀ ਖੁੱਲਦੇ ਰਹੇ ਪਰ ਸਾਰੇ ਮਾਮਲੇ ਰਫਾ ਦਫਾ ਹੁੰਦੇ ਨੇ ਇਹ ਇਸ ਗੱਲੋਂ ਸਲਾਮ ਹੈ ਤੁਹਾਨੂੰ ਸ਼ਾਬਾਸ਼ ਇਹ ਇੱਕ ਤੁਸੀਂ ਬਹੁਤ ਵਧੀਆ ਕੰਮ ਕੀਤਾ ਹਾਲੇ ਹੋਰ ਬਥੇਰੇ ਤੁਹਾਡੇ ਐਮਐਲਏ ਆ ਜਿਹੜੇ ਲਗਾਤਾਰ ਲੱਗੇ ਹੋਏ ਨੇ ਜਦੋਂ ਦੀ ਸਰਕਾਰ ਬਣੀ ਹੈ ਇਸ ਗੱਲ ਵੱਲ ਵੀ ਗੌਰ ਕਰਿਓ ਉਹਨਾਂ ਵੱਲ ਵੀ ਧਿਆਨ ਦਿਓ ਇਹ ਚਲੋ ਮੰਤਰੀ ਸੀਗਾ ਇਹਨੇ ਵੱਡਾ ਹੱਥ ਮਾਰ ਲਿਆ ਸੇਧੂ ਫਸ ਗਿਆ ਉਹ ਛੋਟੀਆਂ ਮੋਟੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਫਸਾਉਣ ਨੂੰ ਫਿਰਦੇ ਆ ਗੁੰਡੀਆਂ ਚ ਉਹਨਾਂ ਮੰਨੀ ਵੀ ਧਿਆਨ ਦਿਓ ਤੁਹਾਡੇ ਬਹੁਤ ਐਮਐਲਏ ਇਹ ਜੇ ਵੀ ਹੈਗੇ ਨੇ ਜਿਹੜੇ ਮੇਰੇ ਜ਼ਿਲ੍ਹੇ ਦੇ ਵਿੱਚ ਹੀ ਆਪਾਂ ਜੇ ਗੱਲ ਕਰਾਂਗੇ ਤਾਂ ਜਦੋਂ ਤੁਸੀਂ ਗਹਿਰਾਈ ਨਾਲ ਡੰਗਾਈ ਨਾਲ ਜਾਂਚ ਕਰੋਗੇ ਨਾ ਤਾਂ ਮੈਨੂੰ ਲੱਗਦਾ ਕਿ ਉਹ ਵੀ ਲਿੱਕੇ ਆਸ ਵਾਲੇਗਾ ਭਾਗੇਗਾ 바ਦਾ 올 ਸੀਜ਼ਨਸ ਕੇ ਲਿਏ ਕੁਛ ਵੀ ਕਰੇਗਾ ਆਮ ਅ ਮੈਨ ਆਵ ਆਲ ਸੀਜ਼ਨਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਮੇਂ-ਸਮੇਂ ਤੇ ਕਹਿੰਦੇ ਰਹਿੰਦੇ ਆ ਕਿ ਜਿਹੜੇ ਕੰਮ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਗ ਸਿੰਘ ਮਾਨ ਚੰਗੇ ਕੰਮ ਕਰਨਗੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਉਹਦੀ ਹਮੇਸ਼ਾ ਅਸੀਂ ਸਲਾਹਗਾ ਕਰਦੇ ਰਹਾਂਗੇ ਉਸ ਗੱਲ ਦੀ ਸ਼ਾਬਾਸ਼ ਹੈ ਜਿਹੜੀ ਉਹ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੰਦੇ ਰਹਾਂਗੇ ਔਰ ਹਮੇਸ਼ਾ ਇਸ ਗੱਲ ਦੇ ਉੱਤੇ ਲੋਕਾਂ ਦੇ ਵਿੱਚ ਵੀ ਅਸੀਂ ਇਸ ਗੱਲ ਨੂੰ ਪ੍ਰਚਾਰਾਂਗੇ ਕਿ ਜੋ ਸਰਕਾਰ ਚੰਗਾ ਕੰਮ ਕਰੇ ਉਹਨੂੰ ਚੰਗਾ ਕਹਿਣਾ ਚਾਹੀਦਾ ਪਰ ਜੋ ਮਾੜਾ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਜਾਂ ਪਾਸਾ ਵਟ ਰਹੀ ਹੈ ਉਹਦੇ ਉੱਤੇ ਸਾਨੂੰ ਆਲੋਚਨਾ ਵੀ ਕਰਨੀ ਪੈਂਦੀ ਹੈ ਉਹਦੇ ਉੱਤੇ ਸਾਨੂੰ ਸਵਾਲ ਵੀ ਠਾਉਣੇ ਪੈਂਦੇ ਆ ਆ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਵਰਖਾਸਤ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਮਕਦਮਾ ਦਰਜ ਕੀਤਾ ਗਿਆ ਹੈ ਇਹ ਬੜਾ ਸ਼ਲਾਘਾਯੋਗ ਕਦਮ ਹੈ ਮੈਨੂੰ ਲੱਗਦਾ ਕਿ ਇਤਿਹਾਸ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਕਿ ਕਿਸੇ ਵੀ ਮੁੱਖ ਮੰਤਰੀ ਦੁਆਰਾ ਸਰਕਾਰ ਦੇ ਮੰਤਰੀ ਨੂੰ ਬਰਖਾਸਤ ਕਰਕੇ ਕਿਸੇ ਕੋਰੀ ਦੇ ਮੁਕਦਮੇ ਦੇ ਵਿੱਚ ਉਹਨੂੰ ਫੜਿਆ ਗਿਆ ਹੋਵੇ। ਇਹ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਲਜ਼ਾਮ ਲੱਗਦੇ ਰਹੇ ਗੱਲਾਂ ਉੱਠਦੀਆਂ ਰਹੀਆਂ ਫਾਈਲਾਂ ਖੁੱਲਦੀਆਂ ਰਹੀਆਂ ਕੇਸ ਵੀ ਖੁੱਲਦੇ ਰਹੇ ਪਰ ਸਾਰੇ ਮਾਮਲੇ ਰਫਾ ਦਫਾ ਹੁੰਦੇ ਰਹੇ। ਚਲੋ ਇਸ ਗੱਲੋਂ ਜਿਹੜੀ ਛਲਾਗਾ ਕਰਨੀ ਬਣਦੀ ਹੈ ਪਰ ਮਾਨ ਸਾਹਿਬ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸ਼ੁਰੂਆਤ ਚੰਗੀ ਕੀਤੀ ਹੈ। ਹਾਲੇ ਹੋਰ ਬਥੇਰੇ ਥੋੜੇ ਐਮ.ਐਲ.ਏ ਆ ਜਿਹੜੇ ਲਗਾਤਾਰ ਲੱਗੇ ਹੋਏ ਨੇ ਜਦੋਂ ਦੀ ਸਰਕਾਰ ਬਣੀ ਹੈ। ਇਸ ਗੱਲ ਵੱਲ ਵੀ ਗੌਰ ਕਰਿਓ ਉਹਨਾਂ ਵੱਲ ਵੀ ਧਿਆਨ ਦਿਓ ਕਿ ਉਹ ਵੀ ਜਿਹੜਾ ਇਹ ਚਲੋ ਮੰਤਰੀ ਸੀਗਾ ਇਹਨੇ ਵੱਡਾ ਹੱਥ ਮਾਰ ਲਿਆ ਛੇਦੀ ਫਸ ਗਿਆ ਉਹ ਛੋਟੀਆਂ ਮੋਟੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਫਸਾਉਣ ਨੂੰ ਫਿਰਦੇ ਆ ਕੁੰਡੀਆਂ 'ਚ ਉਹਨਾਂ ਮੰਨੀ ਵੀ ਧਿਆਨ ਦਿਓ ਕਿਉਂਕਿ ਰਿਸ਼ਵਤ ਖੋਰੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਹੈਗੀਆਂ ਹਰ ਮਹਿਕਮੇ ਦੇ ਅੰਦਰ ਇਹ ਨਹੀਂ ਵੀ ਸਾਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਬਥੇਰੇ ਇਮਾਨਦਾਰ ਬੰਦੇ ਵੀ ਹੈਗੇ ਆ ਪਰ ਵੱਡੇ ਪੱਦਰ ਦੇ ਉੱਤੇ ਜਿਹੜਾ ਕੰਮ ਚੱਲਦਾ ਹੈ ਇਹ ਧਾਂਦਲੀਆਂ ਚੱਲਦੀਆਂ ਨੇ ਜਿਹੜੀਆਂ ਉਹ ਮਹਿਕਮੇ ਦੇ ਅੰਦਰ ਵੀ ਚੱਲਦੀਆਂ ਨੇ ਤੁਹਾਡੇ ਬਹੁਤ ਐਮ ਐਲ ਏ ਇਹ ਜੇ ਵੀ ਹੈਗੇ ਨੇ ਜਿਹੜੇ ਮੇਰੇ ਜ਼ਿਲ੍ਹੇ ਦੇ ਬੱਚੇ ਆਪਾਂ ਜੇ ਗੱਲ ਕਰਾਂਗੇ ਤਾਂ ਜਦੋਂ ਤੁਸੀਂ ਗਹਿਰਾਈ ਨਾਲ ਡੰਗਾਈ ਨਾਲ ਜਾਂਚ ਕਰੋਗੇ ਨਾ ਤਾਂ ਮੈਨੂੰ ਲੱਗਦਾ ਕਿ ਉਹ ਵੀ ਰਿੱਕੇ ਆ ਸਕਦੇ ਆ ਸੋ ਬਹੁਤ ਵਧੀਆ ਕੰਮ ਹੈ ਤੁਹਾਨੂੰ ਦੁਬਾਰਾ ਫੇਰ ਇਸ ਗੱਲੋਂ ਸਲਾਮ ਹੈ ਤੁਹਾਨੂੰ ਸ਼ਾਬਾਸ਼ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਮਾਨ ਸਾਹਿਬ ਜਿਹੜੀ ਗੱਲ ਹੁਣ ਅੱਗੇ ਮੈਂ ਕਹਿਣ ਲੱਗਿਆ ਉਹਦੇ ਵੱਲ ਵੀ ਧਿਆਨ ਦਿਓ ਪਹਿਲਾਂ ਵੀ ਮੈਂ ਬਹੁਤ ਵਾਰੀ ਇਸ ਗੱਲ ਦੇ ਉੱਤੇ ਬੋਲਿਆ ਉਹ ਮਸਲਾ ਹੈਗਾ ਕਿ ਤੁਸੀਂ 26000 ਦੇ ਨੇੜੇ ਤੇੜੇ ਜਿਹੜੀਆਂ ਨੌਕਰੀਆਂ ਹੁਣ ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਉਹਦੇ ਬਾਰੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜੀਆਂ ਨੌਕਰੀਆਂ ਨੇ ਉਹਦੇ ਲਈ ਤੁਸੀਂ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਨੀਤੀਆਂ ਬਣਾਈਆਂ ਨੇ ਉਹੀ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਤਹਿਤ ਹੀ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਬੜੇ ਚਿਰ ਤੋਂ ਹੀ ਰੌਲਾ ਪਾਉਂਦੇ ਆ ਰਹੇ ਆ ਕਿ ਪਹਿਲਾਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਅੱਧੋਂ ਵੱਧ ਜਿਹੜੇ ਬਾਹਰਲੇ ਸੂਬਿਆਂ ਦੇ ਬੰਦੇ ਇੱਥੇ ਆ ਕੇ ਨੌਕਰੀਆਂ ਲੈ ਗਏ। ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਸੀ ਬੜੇ ਵਾਰੀ ਇਹ ਗੱਲਾਂ ਠਾਈਆਂ। ਤੁਸੀਂ ਵੀ ਸਾਡੀ ਇਸ ਗੱਲ ਦੀ ਤਾਇਦ ਕੀਤੀ ਸੀ ਕਦੇ ਕਿ ਹਾਂ ਪੰਜਾਬ ਦੇ ਵਿੱਚ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸਰਕਾਰੀ ਆ ਚਾਹੇ ਉਹ ਪ੍ਰਾਈਵੇਟ ਆ। ਪਰ ਤੁਸੀਂ ਵੀ ਮੈਂ ਜਦੋਂ ਸਰਕਾਰ ਬਣੀ ਉਸ ਦਿਨ ਤੋਂ ਲੈ ਕੇ ਉਦੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਕੇ ਵੀ ਹੋਰ ਸਮੇਂ-ਸਮੇਂ ਤੇ ਵੀ ਮੈਂ ਬੋਲਦਾ ਰਿਹਾ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਮੀਆਂ ਕਰੋ ਡੋਮਿਸਾਈਲ ਤੋਂਗੇ ਬੋਨਫਾਇਡ ਜਾਰੀ ਕਰੋ ਕਿ ਪੀੜੀ ਦਰ ਪੀੜੀ ਪੋਸਤ ਦਰ ਪੋਸਤ ਜਿਹੜਾ ਬੰਦਾ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਇਹ ਸਰਕਾਰੀ ਨੌਕਰੀ ਉਸੇ ਨੂੰ ਹੀ ਮਿਲ ਸਕਦੀ ਹੈ ਪਰ ਤੁਸੀਂ ਇਹ ਨਹੀਂ ਕੀਤਾ ਤੁਸੀਂ ਉਹੀ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜਾ ਪਹਿਲਾਂ ਸਰਕਾਰਾਂ ਕਰਦੀਆਂ ਰਹੀਆਂ ਉਸ ਤਰ੍ਹਾਂ ਹੀ ਖੁੱਲਾ ਨੋਟੀਫਿਕੇਸ਼ਨ ਹੈ ਕਿ ਕੋਈ ਵੀ ਬੰਦਾ ਹਿਮਾਚਲ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੁਨਾ ਮਰਜੀ ਬੰਦਾ ਅਪਲਾਈ ਕਰ ਸਕਦਾ ਤੇ ਉਹੀ ਸ਼ਰਤਾਂ ਤੁਸੀਂ ਪੰਜਾਬੀ ਮਾਂ ਬੋਲੀ ਦੀਆਂ ਰੱਖੀਆਂ ਨੇ ਜਿਹੜੀਆਂ ਸ਼ਰਤਾਂ ਪਹਿਲੀਆਂ ਸਰਕਾਰਾਂ ਰੱਖਦੀਆਂ ਰਹੀਆਂ ਨੇ ਕਿ ਤੁਸੀਂ ਕੋਈ ਗੱਲ ਨੇ ਇੱਕ ਵਾਰੀ ਅਪਲਾਈ ਕਰੋ ਉਸ ਤੋਂ ਬਾਅਦ ਤੁਸੀਂ ਭਾਸ਼ਾ ਵਿਭਾਗ ਦੇ ਵਿੱਚ ਪੇਪਰ ਦਿਓ 6 ਮਹੀਨੇ ਸਾਲ ਤੁਹਾਨੂੰ ਸਮਾਂ ਦਿੱਤਾ ਜਾਊਗਾ ਕੋਈ ਗੱਲ ਨੇ ਕਿ ਪੇਪਰ ਪਾਸ ਕਰਕੇ ਤੁਹਾਨੂੰ ਪੰਜਾਬੀ ਵਾਲਾ ਕੰਮ ਜਿਹੜਾ ਉਹ ਪੂਰਾ ਕਰ ਦਿੱਤਾ ਜਾਊਗਾ ਇੱਥੇ ਪਰ ਫਰਕ ਕੀ ਰਹਿ ਗਿਆ ਸੋਡੇ ਤੇ ਉਹਨਾਂ ਸਰਕਾਰਾਂ ਦੇ ਵਿੱਚ ਜੇ ਮੈਂ 80 90 ਦੀ ਗੱਲ ਕਰਾਂ ਤਾਂ ਪੰਜਾਬ ਦੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੇ ਦਾਖਲਾ ਲੈਣਾ ਹੁੰਦਾ ਸੀ ਨਾ ਤਾਂ ਡੋਮਿਸਾਈਲ ਜ਼ਰੂਰੀ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਦਾਖਲਾ ਲੈਣ ਲਈ ਵੀ ਯੂਨੀਵਰਸਿਟੀ ਕਾਲਜ ਦੇ ਵਿੱਚ ਡੋਮਿਸਾਈਲ ਜ਼ਰੂਰੀ ਹੁੰਦਾ ਸੀਗਾ ਹੁਣ ਨੌਕਰੀ ਲੈਣ ਲਈ ਵੀ ਡੋਮਿਸਾਈਲ ਜ਼ਰੂਰੀ ਨਹੀਂ ਨਾ ਬੋਨਾਫਾਈਡ ਦਾ ਪਤਾ ਹੀ ਨਹੀਂ ਹੈਗਾ ਸਾਡੇ ਤਾਂ ਪਤਾ ਹੀ ਨਹੀਂ ਹੁਣਾ ਬੋਨਾਫਾਈਡ ਕੀ ਹੈ ਉੱਤਰਾਖੰਡ ਲਈ ਬੋਨਾਫਾਈਡ ਹੈ ਹਿਮਾਚਲ ਲਈ ਬੋਨਾਫਾਈਡ ਹੈ ਉਥੇ ਪਲਾਇ ਨਹੀਂ ਕਰ ਸਕਦੇ ਪ੍ਰਾਈਵੇਟ ਆਪਾਂ ਦਾ ਦੇਖ ਰਹੇ ਹਾਂ ਕਾਰਖਾਨਿਆਂ ਦੇ ਵਿੱਚ ਹੋਰ ਵਕ ਵਕ ਥਾਵਾਂ ਦੇ ਉੱਤੇ ਕਿ ਬਾਹਰਲੇ ਬੰਦੇ ਕਿਵੇਂ ਆ ਕੇ ਸਾਡੇ ਇੱਥੇ ਕਾਬਜ ਹੋ ਰਹੇ ਨੇ ਬੈਂਕਾਂ 'ਚ ਦੇਖ ਲਓ ਸਾਰਾ ਬਾਹਰਲਾ ਯੂਪੀ ਬਿਹਾਰ ਭਰਿਆ ਪਿਆ ਬੰਗਾਲ ਹਿਮਾਚਲ ਭਰਿਆ ਪਿਆ ਟੋਲਾ ਤੇ ਦੇਖ ਲਓ ਕਿਤੇ ਲੱਗਦਾ ਹੀ ਨਹੀਂ ਕਿ ਪੰਜਾਬ ਦਾ ਪੰਜਾਬ ਦੇ ਲੋਕ ਇੱਥੇ ਨੌਕਰੀਆਂ ਲਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਇੱਥੇ ਰੱਖਣਾ ਸੀ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਦੇਣਾ ਹੈ ਅਸੀਂ ਪੰਜਾਬ ਦੀ ਜਵਾਨੀ ਬਾਹਰ ਨਹੀਂ ਭਜਣ ਦੇਣੀ ਪਰ ਉਹੀ ਉਹੀ ਜੇ ਤੁਸੀਂ ਉਹੀ ਨੀਤੀਆਂ ਲੈ ਕੇ ਆਉਣੀਆਂ ਇਸ ਜਵਾਨੀ ਲਈ ਖਾਸ ਕਰਕੇ ਮੈਂ ਨੌਕਰੀਆਂ ਦੀ ਗੱਲ ਕਰਾਂ ਰੋਜ਼ਗਾਰ ਦੀ ਗੱਲ ਕਰਾਂ ਤਾਂ ਫਿਰ ਇਹ ਜਵਾਨੀ ਇੱਥੇ ਰਹੂਗੀ ਕਿਵੇਂ ਅਗਲੀ ਗੱਲ ਤੁਸੀਂ ਹੋਰ ਦੇਖੋ ਕਿ 1967 ਦਾ ਜਿਹੜਾ ਮਾਂ ਬੋਲੀ ਐਕਟ ਬਣਿਆ ਹੋਇਆ ਹੈ ਮਦਰ ਲੈਂਗੁਏਜ ਐਕਟ ਹੈ 2008 ਦੇ ਵਿੱਚ ਆ ਕੇ ਅਮੈਂਡਮੈਂਟ ਹੁੰਦੀ ਹੈ ਸੋਧ ਹੁੰਦੀ ਹੈ ਉਹਦੀ ਉਲੰਘਣਾ ਕਰਕੇ ਤੁਸੀਂ ਤਹਿਸੀਲਦਾਰ ਦਾ ਪੇਪਰ ਕੱਲਾ ਅੰਗਰੇਜ਼ੀ ਜੀ ਰੱਖਤਾ ਪੰਜਾਬੀ ਡਾਇ ਹੀ ਦਿੱਤੀ ਉਹਦੇ ਚ ਮਾਨ ਸਾਹਿਬ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੂਤੋਂ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਦੁਨੀਆ ਦੇ ਵਿੱਚ ਭਵਨ ਸਿੰਘ ਮਾਨ ਬਣਿਆ ਦੁਨੀਆ ਭਵਨ ਸਿੰਘ ਨੂੰ ਮਾਨ ਕਰਕੇ ਜਾਣਨ ਲੱਗੀ ਜੁਗਨੂ ਮਸਤ ਮਸਤ ਲੋਕਾਂ ਦਾ ਜੁਗਨੂ ਹਸਾਉਣਲਾ ਜੁਗਨੂ ਕਿਹਦੇ ਕਰਕੇ ਸੀ ਉਹ ਮਾਂ ਬੋਲੀ ਕਰਕੇ ਸੀ ਤੇ ਤੁਸੀਂ ਮਾਂ ਬੋਲੀ ਨਾਲ ਕੀ ਕਰ ਰਹੇ ਹੋ ਆ ਦਿਖਾਈ ਮੜਾ ਜਾਰੀ ਹੋਇਆ ਜਿਹੜਾ ਇਹਨਾਂ ਦਾ ੱੱਲੇ ਕਮੈਂਟ ਪੇਪਰ ਦਿੱਤਾ تحصیلਦਾਰ ਦਾ ਹਾਂਜੀ ਪੇਪਰ ਦਿੱਤਾ ਸੀ تحصیلਦਾਰ ਦਾ ਪੇਪਰ ਦਿੱਤਾ ਇਹ ਮੁੰਡੇ ਨੇ ਤੇ ਪੇਪਰ ਅੰਗਰੇਜ਼ੀ ਚ ਆ ਰਿਹਾ ਜਦੋਂ ਕਿ ਹਰਿਆਣੇ ਦੀ ਆਪਾਂ ਗੱਲ ਕਰ ਗਏ ਉਹ ਹਿੰਦੀ ਚ ਲੈਂਦੇ ਆ ਪੇਪਰ ਸਾਰੇ ਸਟੇਟਾਂ 'ਚ ਹਿੰਦੀ ਚ ਹੁੰਦੀ ਹੈ ਹਿੰਦੀ ਚ ਹੁੰਦਾ ਜੇ ਤਾਮਲ ਹੈ ਤਾਮਲ ਚ ਕਰਦੇ ਆ ਕਰਨਾਟਕ ਵਾਲੇ ਕੰਨੜਾ ਚ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਹੈ ਤਹਿਸੀਲਦਾਰ ਰੱਖਣਾ ਜਿਹਨੇ ਪੰਜਾਬੀਆਂ ਨਾਲ ਗੱਲਬਾਤ ਕਰਨੀ ਹੈ ਪੰਜਾਬੀ ਚ ਕਾਨੂੰਨ ਹੈ ਪੰਜਾਬੀ ਚ ਬੋਲਣਾ ਹੈ ਪੰਜਾਬੀਆਂ ਨਾਲ ਹੀ ਸਾਰੀ ਗੱਲਬਾਤ ਹੋਣੀ ਹੈ ਪੰਜਾਬੀਆਂ ਲਈ ਉਹਨੇ ਫੈਸਲੇ ਦੇਣੇ ਆ ਉਹ ਤੁਸੀਂ ਪੇਪਰ ਅੰਗਰੇਜ਼ੀ ਚ ਲੈ ਰਹੇ ਹੋ ਇਹ ਧੱਕਾ ਨਹੀਂ ਹੈਗਾ ਪੰਜਾਬੀ ਮਾਂ ਬੋਲੀ ਦੇ ਨਾਲ ਸੋ ਇਸ ਗੱਲ ਦੇ ਉੱਤੇ ਵੀ ਗੌਰ ਕਰੋ ਆਪਾਂ ਇੱਕ ਕੰਮ ਬਹੁਤ ਸੋਹਣਾ ਕਰਦੇ ਆ ਉਹਦੀ ਵਾਹ ਵਾਹ ਖੜਦੇ ਆ ਪਰ ਉਹਦੀ ਆੜ ਦੇ ਵਿੱਚ ਦੂਜਾ ਜਿਹੜਾ ਨੁਕਸਾਨ ਹੋ ਰਿਹਾ ਸਾਡੀ ਖਾਸ ਕਰਕੇ ਮਾਂ ਬੋਲੀ ਦਾ ਨੁਕਸਾਨ ਹੋ ਰਿਹਾ ਸਾਡੀ ਪੰਜਾਬ ਦੀ ਜਬਾਨੀ ਦਾ ਨੁਕਸਾਨ ਹੋ ਰਿਹਾ ਉਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਦਿਵਿੰਦਰ ਕੁਮਾਰ ਸ਼ਰਮਾ ਡੀਸੀ ਲੱਗੇ ਹੋਏ ਨੇ ਆਈਐਸ ਪੰਜਾਬੀ ਚ ਕੀਤੀ ਹੈ ਜੀ ਆਈਐਸ ਵੀ ਸੀ ਕੋ ਟੈਸਟ ਦੇਣਾ ਸੀ ਪੰਜਾਬੀ ਚ ਦੇ ਸਕਦੇ ਆ ਤਾਂ ਤਹਿਸੀਲਦਾਰ ਲਈ ਟੈਸਟ ਪੰਜਾਬੀ ਚ ਕਿਉਂ ਨਹੀਂ ਉਹ ਅੰਗਰੇਜ਼ੀ ਚ ਹੈ ਇਹ ਤੱਕਾ ਨਾ ਕਰੋ ਪੰਜਾਬੀਆਂ ਦੇ ਨਾਲ ਇਹ ਸੋਡੀ ਸਰਕਾਰ ਨੇ ਕੀਤਾ ਹੈ ਸੋਡੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਸੋਡੀ ਸਰਕਾਰ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਤਹਿਸੀਲਦਾਰ ਦੀਆਂ ਉਹਦੀ ਭਰਤੀ ਕੀਤੀ ਗਈ ਉਹਦੇ ਪੇਪਰ ਟੈਸਟ ਲਏ ਗਏ ਆ ਇਹ ਅੰਗਰੇਜ਼ੀ ਚ ਲਏ ਗਏ ਆ ਤੁਸੀਂ ਕਿੱਥੇ ਮਾਨ ਬਣਨਾ ਸੀ ਮਾਂ ਬੋਲੀ ਦਾ ਕਿ ਹਾਂ ਪੰਜਾਬ ਦਾ ਮਾਨ ਪੰਜਾਬੀਆਂ ਦਾ ਮਨ ਮਾਂ ਬੋਲੀ ਦਾ ਮਾਨ ਭਵੰਤਮਾਨ ਸੋਡੇ ਰਾਜ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਧੱਕਾ ਹੋ ਰਿਹਾ ਸੋ ਇਹ ਸਾਡੇ ਤੁਹਾਨੂੰ ਸੁਝਾ ਅਸੀਂ ਮਿਲਣਾ ਵੀ ਚਾਹੁੰਦੇ ਹਾਂ ਉਸਰਾ ਦੋ ਚਾਰ ਦਿਨਾਂ ਦੇ ਤੁਹਾਨੂੰ ਮਿਲ ਕੇ ਵੀ ਇਹ ਗੱਲਾਂ ਬਾਤਾਂ ਅਸੀਂ ਦੱਸਿਗੇ ਰੱਖੀਏ ਤੁਹਾਡੇ ਅੱਗੇ ਕਿ ਪੰਜਾਬ ਦੀ ਨੌਕਰੀ ਪੰਜਾਬੀਆਂ ਦੀ ਰਾਖਮੀ ਕਰੋ ਪੰਜਾਬੀ ਮਾਂ ਬੋਲੀ ਦੀ ਰਾਖੀ ਕਰੋ ਪੰਜਾਬੀ ਮਾਂ ਬੋਲੀ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਘਾਣ ਹੋ ਰਿਹਾ ਖਾਸ ਕਰਕੇ ਸਕੂਲਾਂ ਦੇ ਵਿੱਚ ਉਰੇਂਦਾ ਖੁੰਦਾ ਜਿਹੜਾ ਨੁਕਸਾਨ ਤੁਸੀਂ ਕਰ ਰਹੇ ਹੋ ਇਹਨਾਂ ਪੇਪਰਾਂ ਦੇ ਵਿੱਚ ਤੇ ਤੀਜੀ ਮੈਂ ਗੱਲ ਕਰਨੀ ਚਾਹੁੰਦਾ ਮਾਨ ਸਾਹਿਬ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਤੁਸੀਂ ਕਿਸਾਨਾਂ ਨੂੰ ਕਿਹਾ ਪਿੱਛੇ ਜੇ ਜਦੋਂ ਕਿਸਾਨ ਆਏ ਕਿ ਯਾਰ ਮੈਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦਾ ਤੁਸੀਂ ਇੱਕ ਗੁਰੂ ਰੰਗ ਸਾਹਿਬ ਦੇ ਸ਼ਲੋਕ ਹੈ ਉਹਦਾ ਜ਼ਿਕਰ ਕੀਤਾ ਕਿ ਪਵਨ ਗੁਰੂ ਪਾਣੀ ਪਿਤਾ ਕਿ ਮੈਂ ਉਸ ਪਾਣੀ ਨੂੰ ਬਚਾਉਣਾ ਚਾਹੁੰਦਾ ਬਿਲਕੁਲ ਹਰ ਸਹਿਰ ਦਾ ਬੰਦਾ ਹਰ ਪੰਜਾਬ ਨੂੰ ਪਿਆਰ ਕਰਨ ਵਾਲਾ ਬੰਦਾ ਇਸ ਗੱਲ ਨੂੰ ਲੈ ਕੇ ਚਿੰਤਾ ਕਿ ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ ਸਾਡੇ ਕੋਲ 10 ਤੋਂ 15 ਸਾਲ ਦਾ ਪਾਣੀ ਪਤਨਾ ਹੇਠ ਬਚਿਆ ਦਰਿਆਵਾਂ ਦਾ ਪਾਣੀ ਸਾਡਾ ਪ੍ਰੀਤ ਕਰ ਦਿੱਤਾ ਗਿਆ ਜਾਂ ਸਾਡਾ ਦਰਿਆਵਾਂ ਦਾ ਪਾਣੀ ਹਿਮਾਚਲ ਤੋਂ ਮੋੜ ਲਿਆ ਗਿਆ ਜਾਂ ਦੂਜੇ ਸੂਬਿਆਂ ਨੂੰ ਲੁੱਟ ਕੇ ਦੇ ਦਿੱਤਾ ਗਿਆ ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ ਮੈਂ ਮੈਂ ਹਾਲਾਂਕਿ ਕਿਸਾਨ ਆਗੂਆਂ ਨੂੰ ਇਹ ਗੱਲ ਕਹੀ ਸੀ ਕਿ ਸਾਨੂੰ ਇਸ ਗੱਲ ਤੇ ਵੈਸ ਨਹੀਂ ਕਰਨੀ ਚਾਹੀਦੀ ਕਿ ਝੋਨਾ ਹੀ 10 ਜੂਨ ਤੋਂ ਲਾਉਣਾ ਹੈ ਜਾਂ ਅਸੀਂ 8 ਜਾਂ 5 ਜੂਨ ਤੋਂ ਲਾਣਾ ਤੁਸੀਂ ਕਹੋ ਕੋਈ ਗੱਲ ਨਹੀਂ 20 ਜੂਨ ਕਹਿੰਦੀ ਹੈ ਸਰਕਾਰ ਅਸੀਂ 25 ਜੂਨ ਤੋਂ ਲਾਉਣ ਨੂੰ ਤਿਆਰ ਆ ਮੰਗ ਇਹ ਰੱਖੋ ਕਿ ਮੌਕੇ ਦੇ ਉੱਤੇ ਝੋਨੇ ਦੀ ਖਰੀਦ ਹੋਣੀ ਹੈ ਉਦੋਂ ਇਹ ਗੱਲ ਕਹੋ ਕਿ ਮੌਇਸਚਰ ਜਿਹੜਾ ਨਮੀ ਹੁੰਦੀ ਹੈ ਉਹ ਨਮੀ ਜਿੰਨੀ ਮਰਜ਼ੀ ਹੋਵੇ ਭਾਈ ਉਹ ਸਰਕਾਰ ਪਾਬੰਦ ਹੋਊਗੀ ਉਹ ਸਰਕਾਰ ਵਾਅਦਾ ਕਰਕੇ ਝੋਨਾ ਚੱਕੂਗੀ ਅਸੀਂ ਇਸ ਗੱਲ ਤੇ ਵੈਸ ਨਹੀਂ ਕਰਦੇ ਮੈਂ ਕਿ ਸੰਜ ਦੇ ਬੰਦਗਾਲ ਤੁਹਾਨੂੰ ਕਹਿਣਾ ਚਾਹਣਾ ਮੈਂ ਤੁਹਾਨੂੰ ਮਿਲ ਕੇ ਅੱਗੋਂ ਉਹ ਗੱਲ ਕਹੀ ਸੀ ਕਿ ਸਾਨੂੰ ਪਾਣੀ ਲਈ ਚਿੰਤਤ ਹੋਣ ਦੀ ਲੋੜ ਹੈ ਇਹ ਪਾਣੀ ਬਿਨਾ ਇਹ ਪੰਜਾਬ ਨੇ ਬੰਜਰ ਹੋ ਜਾਣਾ ਰੇਗਿਸਤਾਨ ਬਣ ਜਾਣਾ ਹੈ ਇਹ ਰਹਿਣ ਯੋਗ ਧਰਤੀ ਰਹਿਣੀ ਨਹੀਂ ਮਾਨ ਸਾਹਿਬ ਮੈਂ ਇਸ ਗੱਲ ਤੇ ਤੁਹਾਡੇ ਨਾਲ 1000% ਦੀ ਸਹਿਮਤਾਂ ਕਿ ਜੇ ਤੁਸੀਂ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਤੁਸੀਂ ਗੁਰਬਾਣੀ ਦੇ ਸ਼ਲੋਕ ਤੋਂ ਵਰਤਿਆ ਤੁਸੀਂ ਇਹ ਗੱਲ ਕਹੀ ਕਿ ਇਹ ਉਹ ਮੇਰਾ ਸਤਲੁਜ ਹੈ ਜਿਹੜੇ ਸਤਲੁਜ ਦੇ ਪਾਣੀ ਨੇ ਗੁਰੂ ਗੋਬਿੰਦ ਸਿੰਘ ਜੀ ਵਰਗਿਆਂ ਨੇ ਖੰਡੇ ਦੀ ਪਹਲ ਸਕਾਈ ਅਮਰਤ ਦੀ ਦਾਤ ਸਰਕਾਰ ਨੂੰ ਦਿੱਤੀ ਇਸ ਪਾਣੀ ਨੂੰ ਵਰਤਿਆ ਗਿਆ ਸਤਲੋਜ ਦੇ ਉਸ ਪਾਕ ਪਵਿੱਤਰ ਪਾਣੀ ਨੂੰ ਵਰਤਿਆ ਗਿਆ ਪਰ ਮਾਨ ਸਾਹਿਬ ਢਾਈ ਮਹੀਨੇ ਦੋ ਮਹੀਨੇ ਹੋ ਚੱਲੇ ਸਰਕਾਰ ਬਣੀ ਨੂੰ ਉਹ ਸਤਲੋਜ ਤੇ ਕਦੇ ਢੇੜਾ ਹੀ ਮਾਰਿਆ ਉਹ ਕਦੇ ਬੁੱਢੇ ਦਰਿਆ ਤੇ ਖੜ ਕੇ ਦੇਖ ਹੀ ਆਇਓ ਕਦੇ ਵਿਆਸ ਤੇ ਢੇੜਾ ਮਾਰ ਲਿਓ ਕਦੇ ਕਾਲੀ ਵੇਈ ਤੇ ਚਲੇ ਜਾਇਓ ਜਲੰਧਰ ਵਾਲੇ ਪਾਸਿਓ ਚਲੇ ਜਾਇਓ ਕਿ ਕਿਵੇਂ ਜ਼ਹਿਰੀਲਾ ਪਾਣੀ ਜਲੰਧਰ ਦਾ ਲੁਧਿਆਣੇ ਦਾ ਫੈਕਟਰੀਆਂ کارਖਾਨਿਆਂ ਦਾ ਜ਼ਹਿਰੀਲਾ ਪਾਣੀ ਜਿਹੜਾ ਉਹ ਸਤਲੁਜ ਪੈ ਰਿਹਾ ਉਧਰ ਵੀ ਧਿਆਨ ਫਰਮਾਰ ਲਓ ਬੜੇ ਚਿਰ ਦੇ ਅਸੀਂ ਤੁਹਾਡੇ ਕੋਲੇ ਆਵਾਜ਼ਾਂ ਠਾਈਆਂ ਬੁੱਢੇ ਦਰਿਆ ਤੇ ਜਾ ਕੇ ਠਾਈਆਂ ਲਗਾਤਾਰ 3 ਸਾਲ ਹੋ ਗਏ ਗੁਰਪ੍ਰੀਤ ਸਿੰਘ ਚੰਦਵਾਜੇ ਵਰਗੇ ਮਤੋਜ ਮਾਨ ਵਰਗੇ ਤੁਹਾਡੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਮਾਈ ਸਾਡੇ ਨਾਲ ਜਾਂਦੇ ਰਹੇ ਆ ਉਦੋਂ ਸਰਕਾਰ ਨੂੰ ਲਾਹਨਤਾ ਪਾਉਂਦੇ ਰਹੇ ਆ ਕਿ ਤੁਸੀਂ ਪਾਣੀ ਸਾਨੂੰ ਜ਼ਹਿਰ ਦੇ ਰਹੇ ਹੋ ਜ਼ਹਿਰ ਹੁਣ ਨਹੀਂ ਦਿਖਿਆ ਕਦੇ ਸਤਲੁਜ ਬੋਲਣ ਦੇ ਵਿੱਚ ਹੀ ਆਪਾਂ ਗੱਲਾਂ ਦੇ ਵਿੱਚ ਹੀ ਆਪਾਂ ਕਹਿੰਦੇ ਆ ਸੀ ਕਿ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਆ ਪਰਸੋਂ ਦੀ ਜਾ ਕੇ ਵੀਡੀਓ ਦੇਖੋ ਗੁਰਪ੍ਰੀਤ ਚੰਦਵਾਜਾ ਬੋਲ ਰਿਹਾ ਕਿ ਕਿਵੇਂ ਹਰੀਗੇ ਪੱਤਰ ਤੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਜ਼ਹਿਰੀਲਾ ਕਾਲਾ ਪਾਣੀ ਐ ਕਾਲੇ ਤੇਲ ਵਰਗਾ ਪਾਣੀ ਕਿਵੇਂ ਛੱਡਿਆ ਜਾ ਰਿਹਾ ਇਕੱਲੇ ਪੱਤਰਾਂ ਦੇ ਪਾਣੀ ਨੂੰ ਬਚਾਉਣ ਦੀ ਗੱਲ ਆਪਾਂ ਕਰਦੇ ਆ ਜਿਹੜਾ ਦਰਿਆਵਾਂ ਦਾ ਪਾਣੀ ਪ੍ਰੀਤ ਹੋ ਰਿਹਾ ਜਿਹੜਾ ਦਰਿਆਵਾਂ ਦਾ ਪਾਣੀ ਅਸੀਂ ਪੀ ਕੇ ਨਹਿਰਾਂ ਰਾਹੀਂ ਕੈਂਸਰ ਕਰ ਕਰ ਵੱਧ ਰਿਹਾ ਹੈ ਬੱਚਾ ਜੰਮਣਾ ਸਾਡੀ ਸ਼ਕਤੀ ਖਤਮ ਹੋ ਰਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਸਾਨੂੰ ਘੇਰ ਲਿਆ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਨੇ ਕਿੰਨੀਆਂ ਹੈਵੀ ਧਾਤਾਂ ਭਾਰੀਆਂ ਧਾਤਾਂ ਉਸ ਪਾਣੀ ਦੇ ਵਿੱਚ ਫੈਕਟਰੀਆਂ ਦੇ ਜਿਹੜੇ ਜ਼ਹਿਰੀਲੇ ਪਾਣੀ ਨਾ ਘੁਲਦੀਆਂ ਗਾਹਾਂ ਸੀ ਪੀਣੇ ਆ ਕਦੇ ਉਧਰ ਵੀ ਗੌਰ ਕਰਦੇ ਸਾਡਾ ਸਾਡਾ ਫਰਜ਼ ਹੈ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਅਸੀਂ ਉਹ ਤੁਹਾਡੇ ਸਮੇਂ-ਸਮੇਂ ਦੇ ਉੱਤੇ ਧਿਆਨ ਚ ਲਿਆਉਂਦੇ ਰਹੀਏ ਤਾਂ ਕਿ ਤੁਸੀਂ ਉਹਨਾਂ ਮਸਲਾਂ ਤੇ ਗੌਰ ਕਰਕੇ ਕੰਮ ਕਰ ਸਕੋ ਕੀ ਮਸਲਾ ਪਾਣੀ ਦਾ ਬਹੁਤ ਗੰਭੀਰ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ ਸਰਕਾਰ ਕੋਲੋਂ ਇਹ ਮੰਗ ਨਾ ਕਰੋ ਕਿ ਬਿਜਲੀ ਮੁਫਤ ਕਰ ਦਿਓ ਜੀ ਮੋਟਰਾਂ ਦੇ ਕਨੈਕਸ਼ਨ ਦੇ ਦਿਓ ਜੀ 70000 ਕਨੈਕਸ਼ਨ ਸੀਗੇ 70 80 ਚ 16 ਲੱਖ ਬੋਰ ਲੱਗ ਗਿਆ 16 ਲੱਖ ਧਰਤੀ ਦਾ ਸੀਨਾ ਪਾੜਤਾ ਅੱਜ ਲੱਦੀ ਆਉਂਦੇ ਹੁੰਦੇ ਆ ਕਿਸਾਨ ਵੱਡੀਆਂ-ਵੱਡੀਆਂ ਪਾਈਪਾਂ ਦਾ 10 ਇੰਚੀਆਂ ਦੱਬੀ ਤੁਰੇ ਜਾਂਦੇ ਆ ਬੋਰਾ ਨੂੰ ਕੋ ਆਪਾਂ ਨੂੰ ਪਤਾ ਬਿਜਲੀ ਮੁਫਤ ਆਟੋਮੈਟਿਕ ਲਾ ਦੇਣਾ ਛੱਡ ਕੇ ਘਰੇ ਆ ਜਾਂਦੇ ਰਾਤ ਨੂੰ ਦਮ 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 ਭਰੀ ਜਾਂਦੀ ਐ ਕੋਈ ਪ੍ਰਵਾਹ ਨਹੀਂ ਮੁਖ ਦਾ ਮੁਖ ਜਾਣ ਦੇ ਪਾਣੀ ਇਹ ਤਾਂ ਪ੍ਰਵਾਹ ਹੀ ਨਹੀਂ ਆਪਾਂ ਨੂੰ ਕੋਈ ਇਹ ਮੰਗ ਛੱਡੋ ਇਹ ਕਹੋ ਕਿ ਸਾਨੂੰ ਕ੍ਰਿਸ਼ਨਾਂ ਦੀ ਲੋੜ ਨਹੀਂ ਬੋਰਾਾਂ ਦੀ ਲੋੜ ਨਹੀਂ ਮੁਫਤ ਬਿਜਲੀ ਦੀ ਲੋੜ ਨਹੀਂ ਨਹਿਰੀ ਪਾਣੀ ਸਾਡੇ ਕੱਲੇ ਕੱਲੇ ਖੇਤ ਨੂੰ ਕੱਲੇ ਕੱਲੇ ਮਰਲੇ ਮਰਲੇ ਨੂੰ ਪੰਜਾਬ ਦੇ ਚੱਪੇ ਚੱਪੇ ਨੂੰ ਨੇਰੀ ਪਾਣੀ ਲੱਗਣਾ ਚਾਹੀਦੇ ਮੰਗ ਰੱਖੋ ਜੇ ਅਸੀਂ ਹੀਟਲਾ ਪਾਣੀ ਬਚਾਉਣਾ ਤਾਂ ਇੱਥੇ ਸਾਨੂੰ ਕੰਮ ਕਰਨ ਦੀ ਲੋੜ ਆ ਅਜਿਹਾ ਉਲਟ ਪਾਸੇ ਵਹਿ ਜਾਂਦੇ ਆ ਵੀ ਹਾਂ ਆ ਮੁਫਤ ਆ ਮੁਫਤ ਪਰ ਉਸ ਮੁਫਤ ਖੋਰੀ ਦੇ ਵਿੱਚ ਨੁਕਸਾਨ ਪਤਾ ਕੀ ਹੋ ਰਿਹਾ ਸਾਡੀਆਂ ਅਨਸਲਾਂ ਪੀੜੀਆਂ ਪੋਸਤਾਂ ਦੀ ਤਬਾਹੀ ਦਾ ਨੁਕਸਾਨ ਹੋ ਰਿਹਾ ਅਸੀਂ ਉਹ ਉਹ ਜ਼ਮੀਨ ਤਿਆਰ ਕਰ ਰਹੇ ਹਾਂ ਤਬਾਹੀ ਉਹ ਤਿਆਰ ਕਰ ਰਹੇ ਹਾਂ ਤਬਾਹੀ ਪੈਦਾ ਕਰ ਰਹੇ ਹਾਂ ਉਹ ਮੰਜ਼ਰ ਪੈਦਾ ਕਰ ਰਹੇ ਹੈ ਜਿਹੜਾ ਆਉਣ ਵਾਲੀਆਂ ਨਸਲਾਂ ਦਾ ਖਾਤਮਾ ਕਰੂਗਾ ਅਸੀਂ ਖੁਦ ਉਹਦੇ ਜ਼ਿੰਮੇਵਾਰ ਹੋਵਾਂਗੇ ਹੁਣ ਤਰਾਤਰਾ ਹੋਈ ਪਈ ਆ ਪਾਣੀ ਐ ਪਾਣੀ ਐ ਜਿੱਦੇ ਕਮੀ ਪੈ ਗਿਆ ਤੇ ਜਲਥਲ ਹੋ ਗਿਆ ਲੋਕਾਂ ਨੇ ਕਢਾਈ ਵਿੱਚ ਪਾਣੀ ਪਾਣੀ ਕਰਿਆ ਕਿੰਨਾ ਪਾਣੀ ਫਿਰਦਾ ਨਹੀਂ ਇੱਥੇ ਆਉਣਾ ਨਹੀਂ ਇਹ ਗੱਲ ਦੇ ਉੱਤੇ ਧਿਆਨ ਦਿਓ ਅਗਲੀ ਗੱਲ ਮਾਨ ਸਾਹਿਬ ਮੈਂ ਤੁਹਾਡੇ ਧਿਆਨ ਚ ਲੈਣਾ ਚਾਹੁੰਦਾ ਆ ਹਫਤਾ ਆ ਉਹ ਹਫਤਾ ਜਿਹੜਾ ਹਫਤਾ ਇਸ ਹਫਤੇ ਦੇ ਵਿੱਚ ਰਾਜ ਸਭਾ ਦੇ ਵਿੱਚ ਦੋ ਮੈਂਬਰ ਭੇਜਣੇ ਆ। ਹੋਰ ਪਾਣੀ ਤੁਸੀਂ ਭੇਜ ਚੁੱਕੇ ਆ। ਉਹ ਪੰਜੇ ਪਹਿਲਾਂ ਕੇਜਰੀਵਾਲ ਦੇ ਚਿਹਤੇ ਭੇਜ ਚੁੱਕੇ ਆ। ਤੁਹਾਡੇ ਅਗੇ ਅਪੀਲ ਕਰਦੇ ਆ ਕਿ ਘੱਟੋ-ਕਟਾ ਦੋ ਬੰਦੇ ਸੋਚ ਕੇ ਸਮਝ ਕੇ ਪੰਜਾਬਦਰਦੀ ਬੰਦੇ। ਪੰਜਾਬ ਦੇ ਹਿੱਤਾਂ ਲਈ ਸੋਚਣ ਵਾਲੇ, ਬੋਲਣ ਵਾਲੇ, ਦਰਦ ਰੱਖਣ ਵਾਲੇ, ਪੰਜਾਬ ਦੇ ਮਸਲਿਆਂ ਨੂੰ ਸਮਝਣ ਵਾਲੇ ਉਹ ਬੰਦੇ ਭੇਜਿਓ। ਤੁਹਾਡਾ ਹੀ ਮੰਨ ਰਹਿ ਜੇ। ਪੰਜਾਬੀਆਂ ਦਾ ਹੀ ਮਾਰਦਾ ਜਿਹਦੇ ਪੰਜਾਬੀਆਂ ਨੂੰ ਵੀ ਲੱਗੇ ਵੀ ਹਾਂ ਇਹ ਸਰਕਾਰ ਦਿੱਲੀ ਤੋਂ ਨਹੀਂ ਚੱਲਦੀ ਇਹ ਸਰਕਾਰ ਜਿਵੇਂ ਮਾਨਸਾਉ ਤੁਸੀਂ ਕਹਿੰਦੇ ਸੀ ਮਹੱਲਿਆਂ ਤੋਂ ਗਲੀਆਂ ਤੋਂ ਪਿੰਡਾਂ ਤੋਂ ਸੱਥਾਂ ਤੋਂ ਚੱਲੂਗੀ ਲੋਕਾਂ ਨੂੰ ਵੀ ਲੱਗੇ ਕਿ ਹਾਂ ਵਾਕਈ ਸਰਕਾਰ ਸਾਡੀ ਹੈ ਸਾਡੇ ਮੁਤਾਬਕ ਚੱਲਦੀ ਹੈ ਬਜਟ ਬਣਾਉਣ ਲਈ ਤੁਸੀਂ ਜਰੂਰ ਇੱਕ ਨੰਬਰ ਜਾਰੀ ਕੀਤਾ ਹੈ ਕਿ ਲੋਕਾਂ ਨੇ ਸੁਝਾਅ ਮੰਗੇ ਸੀ ਹੁਣ ਇੱਕ ਸੁਝਾਅ ਮੰਗੋ ਤੁਹਾਡੇ ਕੋਲੇ ਹਫਤਾ ਹੈਗਾ ਕਿ ਕਿਹੜੇ ਬੰਦੇ ਉਹ ਪੰਜਾਬ ਦੇ ਬੰਦੇ ਜਿਹੜੇ ਦੋ ਪੰਜਾਬ ਦੇ ਦਰਦ ਦੀ ਹਮਦਰਦੀ ਬੰਦੇ ਭੇਜੇ ਜਾਣ ਰਾਜ ਸਭਾ ਦੇ ਵਿੱਚ ਉਹ ਰਾਜ ਸਭਾ ਦੇ ਵਿੱਚ ਦੋ ਬੰਦੇ ਹੁਣ ਤੁਸੀਂ ਭੇਜਨੇ ਆ ਤੁਹਾਡੀ ਸਰਕਾਰ ਨੇ ਭੇਜਨੇ ਆ ਉਹ ਬੰਦੇ ਪੰਜਾਬ ਦੇ ਬੰਦੇ ਭੇਜੋ ਘੱਟੋ ਘੱਟ ਕੋਈ ਤਾਂ ਬੰਦਾ ਜਾ ਕੇ ਪੰਜਾਬ ਦੀ ਗੱਲ ਕਰੇ ਕੋਈ ਤਾਂ ਬੰਦਾ ਜਾ ਕੇ ਪੰਜਾਬ ਨਾਲ ਹੁੰਦੇ ਧੱਕਿਆਂ ਦੀ ਗੱਲ ਕਰੇ ਕੋਈ ਤਾਂ ਬੰਦਾ ਜਾ ਕੇ ਜਿਹੜੇ ਪੰਜਾਬ ਦੇ ਹੱਕ ਖੋਏ ਜਾ ਰਹੇ ਉਹਨਾਂ ਦੀ ਗੱਲ ਕਰੇ ਜਾ ਕੇ ਰਾਜ ਸਭਾ ਦੇ ਵਿੱਚ ਸਾਡੀ ਆਵਾਜ਼ ਉੱਥੇ ਵੀ ਪਹੁੰਚੇ ਜਦੋਂ ਕਦੇ ਅਸੀਂ ਸੁਣਦੇ ਆ ਨਾ ਕੋਈ ਤਾਮਲ ਵਾਲਾ ਕੋਈ ਕੇਰਲ ਵਾਲਾ ਬੋਲਦਾ ਆਪਣੇ ਸੂਬੇ ਦੀ ਗੱਲ ਕਰਦਾ ਆਪਣੀ ਬੋਲੀ ਆਪਣੇ ਵਿਰਸੇ ਦੀ ਬਚਾਉਣ ਦੀ ਗੱਲ ਕਰਦਾ ਆਪਣੇ ਹੱਕਾਂ ਨੂੰ ਬਚਾਉਣ ਦੀ ਗੱਲ ਕਰਦਾ ਉਹ ਸਾਨੂੰ ਵੀ ਇਹ ਹੁੰਦਾ ਕਿ ਸਾਡਾ ਬੰਦਾ ਵੀ ਕਾਸ਼ਕ ਤੇ ਇੱਥੇ ਹੁੰਦਾ ਤੇ ਸਾਡੇ ਪੰਜਾਬ ਦੀ ਗੱਲ ਕਰਦਾ ਹੁੰਦਾ ਉਹਿਹੇ ਜਿਹੇ ਬੰਦੇ ਜਰੂਰ ਭੇਜੋ ਅਗਲੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਅਖੀਰ ਦੇ ਉੱਤੇ ਮੱਤੇਵਾੜਾ ਜੰਗਲ ਦੇ ਨਾਲ ਬਿਲਕੁਲ ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਕੇ ਟੈਕਸਟਾਈਲ ਨੂੰ ਜਿਹੜਾ ਕਾਰਖਾਨਾ ਲੱਗਣਾ ਹੈ ਉਹਨੂੰ ਦਿੱਤੀ ਜਾ ਰਹੀ ਹੈ ਅਸੀਂ ਅਪੀਲ ਕਰਦੇ ਹਾਂ ਕਿ ਸਾਡੇ ਦਰਿਆਵਾਂ ਦਾ ਪਾਣੀ ਤਾਂ ਪਹਿਲਾਂ ਹੀ ਜ਼ਹਿਰ ਬਣ ਚੁੱਕਿਆ ਹੈ ਇਹਨਾਂ ਨੇ ਫਿਰ ਉਹੀ ਕੰਮ ਕਰਨਾ ਉਥੇ ਕਾਰਖਾਨਾ ਫੈਕਟਰੀ ਲਗੜੀ ਬਿਲਕੁਲ ਸਤਲੁਜ ਦੇ ਕੰਢੇ ਦੇ ਉੱਤੇ ਜਮਾ ਕਿਨਾਰੇ ਦੇ ਉੱਤੇ ਉਹ ਲੱਗਣਾ ਹੈ ਉੱਥੇ ਫਿਰ ਇਹਨਾਂ ਨੇ ਪਾਣੀ ਉੱਥੋਂ ਚੱਕ ਕੇ ਸਤਲੁਜ ਪਾ ਦੇਣਾ ਉੱਥੇ ਉਹ ਕਾਰਖਾਨਾ ਨਾ ਲਾਇਆ ਜਾਵੇ ਜੁਕ ਦੇ ਕਾਰਖਾਨਾ ਲਾਉਣਾ ਹੈ ਤਾਂ ਰਾਜਪੁਰੇ ਕੋਲ ਘੱਟੋ-ਘੱਟ 900000 ਏਕੜ ਪੈਲੀ ਇਕ ਪਈ ਹੈ ਉੱਥੇ ਲਾ ਦਿਓ ਬਿਲਕੁਲ ਰੇਲ ਦੀ ਲੀਹ ਦੇ ਕੋਲੇ ਹੈ ਜਦੋਂ ਕਿ ਉਹ ਟੈਕਸਟਾਈਲ ਵਾਲੇ ਮੰਗਦੇ ਆ ਕਿ ਸਾਨੂੰ ਰੇਲਵੇ ਦੀ ਸਹੂਲਤ ਹੋਣੀ ਚਾਹੀਦੀ ਹੈ ਬਿਲਕੁਲ ਨਾਲ ਪਈ ਹੈ ਜੇ ਲਾਉਣੀ ਹੈ ਤਾਂ ਉੱਥੇ ਲਾ ਦਿਓ ਸੋ ਇਹ ਸਾਨੂੰ ਸਰਕਾਰ ਨੂੰ ਪੰਜਾਬ ਦੇ ਖਾਸ ਕਰਕੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਨੂੰ ਸਾਡੇ ਕੋ ਸੁਝਾਅ ਸੀ ਜਾਂ ਜਿੰਨਾ ਮਸਲਿਆਂ ਦੇ ਉੱਤੇ ਅਸੀਂ ਦੇਖ ਰਹੇ ਆ ਲਗਾਤਾਰ ਜਾਂ ਗੌਰ ਕਰ ਰਹੇ ਆ ਜਾਂ ਚਿੰਤਾ ਕਰ ਰਹੇ ਆ ਜਾਂ ਸਾਨੂੰ ਸਮਝ ਹੈਗੀ ਜਿੰਨੀ ਕੁ ਕਿ ਯਾਰ ਆ ਮੁੱਦੇ ਬੜੇ ਅਹਿਮ ਨੇ ਜਾਂ ਜਿੰਨਾ ਮੁੱਦਿਆਂ ਦੇ ਉੱਤੇ ਸਰਕਾਰ ਕੰਮ ਕਰ ਸਕਦੀ ਆ ਉਹ ਤੁਹਾਡੇ ਅਸੀਂ ਸਨਮੁਖ ਰੱਖੇ ਆ ਜੂਨੀਵਰਸਿਟੀ ਵਾਲਾ ਵੀ ਬਾਈ ਅੱਜ ਆਈ ਜਾਂਦੇ ਸੀ ਵੀ ਚੱਲੀ ਆ ਜੂਨੀਵਰਸਿਟੀ ਅਜੇ ਨੋਟਿਸ ਜਾਂ ਨਹੀਂ ਕੱਢਿਆ ਕਿ ਹਾਈ ਕੋਰਟ ਕਹਿੰਦਾ ਵੀ ਜਿਵੇਂ ਜੂਨੀਵਰਸਿਟੀ ਸੈਕਟਰ ਨੂੰ ਚੰਗੀ ਲੱਗੇ ਉਹਵੇਂ ਕਰ ਲਓ ਅੱਜ ਆ ਗਿਆ ਮਨ ਦਾ ਅੱਛਾ ਪੰਜਾਬ ਯੂਨੀਵਰਸਿਟੀ ਹਾਂ ਐਕਵਾਇਰ ਕਰਨ ਦੇ ਕਰ ਲਓ ਨਹੀਂ ਚੰਡੀਗੜ੍ਹ ਹਾਂ ਹਾਈ ਕੋਰਟ ਨੇ ਆਰਡਰ ਕਰਤਾ ਉਹ ਤਾਂ ਜਾਣੀ ਆ ਹਾਂ ਉਹ ਤਾਂ ਲੰਮੇ ਸਮੇਂ ਤੋਂ ਹਾਂ ਇਹ ਬਿਲਕੁਲ ਮੌਕੇ ਤੇ ਤੁਸੀਂ ਗੱਲ ਮੇਰੇ ਯਾਦ ਕਰਾਤੀ ਲੰਮੇ ਸਮੇਂ ਤੋਂ ਸੈਂਟਰ ਦੀ ਖਾਸ ਕਰਕੇ ਭਾਜਪੀ ਦੀ ਖਾਸ ਕਰਕੇ ਆਰਐਸਐਸ ਦੀ ਨਜ਼ਰ ਸਾਡੀ ਪੰਜਾਬ ਦਾ ਸਿਰ ਦਾ ਤਾਜ ਸਰਮੌਰ ਸਾਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਲਗਾਤਾਰ ਖੋਣ ਦੀਆਂ ਤਿਆਰੀਆਂ ਕਰੇ ਸੈਨੇਟ ਦੀਆਂ ਚੋਣਾਂ ਨਹੀਂ ਕਰਾਈਆਂ ਕਰੋਨਾ ਦਾ ਬਹਾਨਾ ਲਾ ਕੇ ਉਹ ਅੱਗੇ ਕਰਤੀਆਂ ਉਸ ਤੋਂ ਬਾਅਦ 6 ਮੈਂਬਰ ਸੈਨੇਟ ਮੈਂਬਰ ਦੀਨਾਂ ਨੇ ਭੰਗ ਹੀ ਕਰਤੇ ਉਹਨਾਂ ਦੀ ਚੋਣ ਹੀ ਦੱਦ ਕਰਤੀ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕਰਤੀ ਕਿ ਗਲਤ ਤਰੀਕੇ ਨਾਲ ਚੁਣੇ ਗਿਆ ਉਹ ਹਰ ਹੱਥ ਕੰਡਾ ਅਪਣਾ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਕੱਢ ਕੇ ਚੰਡੀਗੜ੍ਹ ਸੈਂਟਰ ਆਪਣੇ ਅਧੀਨ ਕਰ ਲੇ ਪੰਜਾਬ ਦੇ ਕੋਲੋਂ ਖੋਹ ਲੇ ਕਿਉਂਕਿ ਸਾਡਾ ਦਾਵਾ ਜਿਹੜਾ ਉਹ ਦਾਵਾ ਇਸ ਕਰਕੇ ਹੀ ਮਜ਼ਬੂਤ ਹੁੰਦਾ ਹੈ ਕਿ ਚੰਡੀਗੜ੍ਹ ਆਪਾਂ ਕਹਿੰਦੇ ਆ ਪੰਜਾਬ ਦਾ ਉਹ ਇਸ ਕਰਕੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੇ ਦਾਵਾ ਹੜਾ ਬੜਾ ਮਜ਼ਬੂਤ ਹੈ ਪੰਜਾਬ ਦੇ ਬਹੁਤ ਜ਼ਿਆਦਾ ਕਾਲਜ ਸੰਕੜੇ ਕਾਲਜ ਉਸ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਤਾਏ ਜਿਵੇਂ ਹਾਈ ਕੋਰਟ ਦਾ ਦੱਸਦਾ ਮੁੰਡਾ ਕਿ ਹਾਈ ਕੋਰਟ ਦਾ ਕੋਈ ਹਦਾਇਤ ਆਈ ਹੈ ਕਿ ਜੇ ਸੈਂਟਰ ਸੈਂਟਰ ਚੋਂ ਹਾਂਜੀ ਸੈਂਟਰ ਚਾਹੇ ਤੱਕ ਵੇਅਰ ਕਰ ਸਕਦੇ ਸੈਂਟਰ ਚ ਇਹ ਆਪਦੀਨ ਕਰ ਸਕਦੇ ਸੈਂਟਰ ਸਰਕਾਰ ਨੇ ਹੁਕਮ ਜਾਰੀ ਕਰਤਾ ਵੀ ਜਿਹੜਾ ਸਿੱਖਿਆ ਡਿਪਾਰਟਮੈਂਟ ਐ ਐਜੂਕੇਸ਼ਨ ਆ ਫਿਰ ਤੁਸੀਂ ਇਹਦੇ ਪਾਲਿਸੀ ਬਣਾਓ ਉਹ ਤਾਂ ਬਣੀ ਹੋਈ ਹੈ ਹਾਂਜੀ ਉਹ ਤਾਂ ਇਹ 220 ਦੀ ਇੱਕ ਸਿੱਖਿਆ ਨੀਤੀ ਲੈ ਕੇ ਆਇਆ ਉਹ ਸਿੱਖਿਆ ਨੀਤੀ ਜਿਹੜੀ ਹੈਗੀ ਆ ਉਹ ਬਿਲਕੁਲ ਭਗਮਾ ਨੀਤੀ ਆ ਸਿੱਖਿਆ ਨੂੰ ਉਹ ਸਿੱਖਿਆ ਦਾ ਢਾਂਚਾ ਸਿੱਖਿਆ ਦਾ ਤਾਣਾ ਬਣਾਉਂਦੇ ਨੇ ਇਹੋ ਜਿਹਾ ਬਣਾਤਾ ਉਹ ਬਿਲਕੁਲ ਭਗਮਾ ਸਿੱਖਿਆ ਦਿੱਤੀ ਜਾਣੀ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹੀ ਭਗਮਾ ਇਤਿਹਾਸ ਉਹੀ ਮਤਿਹਾਸ ਉਹੀ ਤੋੜਿਆ ਅਮਰੂੜੀਆਂ ਗੱਲਾਂ ਉਹੀ ਆਪਣੇ ਜਿਹੜੇ ਉਹਨਾਂ ਦੇ ਜਮਾ ਨਿਖਤ ਤੇ ਨਕਮੇ ਬੰਦੇ ਸਾਵਰਕਰ ਵਰਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਾਫੀਆਂ ਮੰਗ ਮੰਗ ਕੇ ਕਾਲੇ ਪਾਣੀ ਦੀਆਂ ਜੇਲਾਂ ਤੋਂ ਜੇਲਾਂ ਦੇ ਵਿੱਚ ਬੈਠਿਆ ਨੇ ਅੰਗਰੇਜ਼ ਹਕੂਮਤ ਨੂੰ ਚਿੱਠੀਆਂ ਲਿਖ-ਲਿਖ ਮਾਫੀਆਂ ਮੰਗ-ਮੰਗ ਬਾਹਰ ਆਏ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਿਵੇਂ ਕੀਤਾ ਜਾਣਾ ਉਹ ਸਿੱਖਿਆ ਨੀਤੀ ਲੈ ਕੇ ਆਏ ਐ ਜਿਹੜੇ ਸਾਡੇ ਯੋਧੇ ਨੇ ਸਾਡੇ ਸੂਰਬੀਰ ਨੇ ਸਾਡੇ ਕੌਮ ਦੇ ਹੀਰੋ ਨੇ ਸ਼ਹੀਦ ਨੇ ਉਹਨਾਂ ਨੂੰ ਨਖਿੱਦ ਨਕਮੇ ਕਮਜ਼ੋਰ ਡਰਪੋਕ ਭੱਜਣ ਵਾਲੇ ਬਣਾ ਕੇ ਪੇਸ਼ ਕਰਨਗੇ ਯਾਦ ਰੱਖਿਓ ਉਹਦਾ ਸਿੱਖਿਆ ਨੀਤੀ ਜਿਹੜੀ ਹੈਗੀ ਆ ਉਹ ਲਈ ਆਏ ਇਹ ਉਹਦਾ ਵੀ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਅੰਦਰ ਖਾਤੇ ਹੈ ਜਿਹੜਾ ਸਾਡਾ ਇਤਿਹਾਸ ਤੋੜੀ ਜਾਂਦੇ ਆ ਕਿਵੇਂ ਕਿਤਾਬਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਲਗਾਤਾਰ ਇੱਕ ਗੱਲ ਮਹੱਤਵਪੂਰਨ ਹੈਗੀ ਸੀ ਅਖੀਰ ਦੇ ਉੱਤੇ ਜੋ ਪੰਚਾਇਤੀ ਜ਼ਮੀਨਾਂ ਦੇ ਵਿੱਚ ਤੁਸੀਂ ਕਰ ਰਹੇ ਹੋ ਪੰਚਾਇਤੀ ਜ਼ਮੀਨਾਂ ਦੇ ਵਿੱਚ ਤੁਸੀਂ ਪੰਚਾਇਤੀ ਜ਼ਮੀਨਾਂ ਦੇ ਉੱਤੇ ਲੋਕਾਂ ਦੇ ਕਬਜ਼ੇ ਛੜਾਏ ਉਹਦੇ 'ਚ ਗੱਲ ਬੜੀ ਸੋਚਣ ਵਾਲੀ ਹੈ ਕਈ ਪਿੰਡਾਂ ਦੇ ਵਿੱਚ ਲੋਕਾਂ ਕੋਲੇ 300 ਸਾਲ 400 500 ਸਾਲ ਦੇ ਕਬਜ਼ੇ ਆ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਰਾਜਿਆਂ ਮਹਾਰਾਜਾਂ ਤੋਂ ਇਹ ਜਿਹੜੀਆਂ ਜ਼ਮੀਨਾਂ ਲਈਆਂ ਸੀ ਪਿੰਡਾਂ ਨੇ ਜੋ ਉਹਨਾਂ ਨੇ ਆਪਣੇ ਮੁਜਾਰਾ ਨੂੰ ਦਿੱਤੀਆਂ ਸੀ দান ਦੇ ਵਿੱਚ ਰੱਖ ਲੋ ਜਾਂ ਕਿਵੇਂ ਵੀ ਰੱਖ ਲੋ ਉਹਨਾਂ ਦੀ ਮਾਲਕੀ ਵੀ ਕਈ ਪਿੰਡਾਂ ਨੂੰ ਤਾਂ ਦਿੱਤੀ ਗਈ ਹੈ ਉਹ ਜ਼ਮੀਨਾਂ ਨਾ ਖੋਈਆਂ ਜਾਣ ਉਹ ਜ਼ਮੀਨਾਂ ਕਿਸੇ ਕੋਲ ਕਿੱਲਾ ਕਿਸੇ ਕੋਲ ਦੋ ਕਿੱਲੇ ਕਿਸੇ ਕੋਲ ਚਾਰ ਕਿੱਲੇ ਜਿਹਦੇ ਨਾਲ ਲੋਕਾਂ ਦਾ ਗੁਜ਼ਾਰਾ ਉਸੇ ਜ਼ਮੀਨ ਕਰਕੇ ਹੁੰਦਾ ਜੇ ਮੈਂ ਕਹਿੰਦਾ ਮੈਂ ਪਹਿਲਾਂ ਬਹੁਤ ਵਾਰੀ ਬੋਲਿਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਜੰਗਲਾਤ ਮਹਿਕਮੇ ਦੀ ਲੋਕ ਦੱਬੀ ਬੈਠੇ ਉਹ ਛੜਾ ਲਓ ਜਾਂ ਧਾਰਮਿਕ ਬਾਬੇ ਦੇਖ ਲਓ ਆ ਵਿਆਸ ਵਾਲਾ ਉਹ ਘਟੋ ਘਟ 20 22 ਹਜ਼ਾਰ ਏਕੜ ਪੈਲੀ ਰੋਕੀ ਬੈਠਾ ਹੈ ਦਰਿਆ ਦੇ ਵਿੱਚ ਬੰਨ ਮਾਰ ਕੇ ਹਸਾਬ ਨਾਲੀ ਦਰਿਆ ਦਾ ਜਿਹੜਾ ਬਹਿਣਾ ਪਾਣੀ ਦਾ ਮੋੜਤਾ ਉਹਨੇ ਉਹ ਜੇ ਬੰਦਾਂ ਨੂੰ ਹੱਥ ਪਾਉ ਜੇ ਪਾਉਣਾ ਤਾਂ ਜਾਂ ਹੋਰ ਕਿੰਨੇ ਪਤਾ ਨਹੀਂ ਥਾਂ ਥਾਂ ਦੇ ਉੱਤੇ ਡੇਰੇ ਬਣਾਈ ਬੈਠੇ ਆ ਦੀ ਮਰਜ਼ੀ ਨਾਲ ਉਹ ਮੇਰਾ ਪਿੱਛੇ ਰੌਲਾ ਪਿਆ ਵੀ ਨੀਲੋ ਨਹਿਰ ਦੇ ਉੱਤੇ ਹਲੇ ਹੀ ਬੈਠਾ ਸਾਹਦ ਬਿਲਕੁਲ ਨਹਿਰ ਦੇ ਉੱਤੇ ਮੀਲ ਦੇ ਵਿੱਚ ਡੇਰਾ ਬਣਾਈ ਬੈਠਾ ਦਰਖਤ ਵੱਢ ਕੇ ਨਹਿਰ ਦੇ ਵਿੱਚ ਰੋਕੀ ਬਠਾ ਮੀਲ ਦੀ ਜਗਾ ਜੰਗਲਾਤ ਵਿਭਾਗ ਦੇ ਸਾਰਾ ਗੰਦਮੰਦ ਨਹਿਰ ਚ ਪਾਈ ਜਾਂਦਾ ਪਾਣੀ ਉਹੋ ਜੇ ਬੰਦੇ ਠਾਓ ਜੇ ਠਾਉਣੇ ਆ ਇੱਕ ਵਿਚਾਰਾ ਜਿਹਦੇ ਕਿਰਤ ਕਰਕੇ ਖਾਣ ਵਾਲਾ ਬੰਦਾ ਜਿਹਦੇ ਮੂੰਹ ਚ ਰੋਟੀ ਪੈਂਦੀ ਹੈ ਗਰੀਬ ਕਿਸਾਨ ਹੈ ਚਾਹੇ ਉਹ ਮਜ਼ਦੂਰ ਆ ਉਹੋ ਜੇ ਬੰਦਿਆਂ ਤੋਂ ਉਹ ਜ਼ਮੀਨਾਂ ਨਾ ਖੋਈਆਂ ਜਾਣ ਜ਼ਮੀਨਾਂ ਖੋਣੀਆਂ ਨੇ ਜਾਂ ਜ਼ਮੀਨਾਂ ਛਡੌਣੀਆਂ ਨੇ ਖੋਣੀਆਂ ਨੇ ਜ਼ਮੀਨਾਂ ਛਡੌਣੀਆਂ ਨੇ ਜਿਹੜੇ ਧੱਕੇ ਨਾਲ ਕਾਬਜ ਹੋਏ ਲੋਕ ਨੇ ਤਾਂ ਇਹ ਜਿਹੇ ਲੋਕਾਂ ਦਾ ਛਡਾਓ ਬਥੇਰੇ ਨੂੰ ਸੈਂਕੜੇ ਹਜ਼ਾਰਾਂ ਮਿਲ ਜਾਣਗੇ ਇਹਦੇ ਕੇਸ ਪੰਜਾਬ ਦੇ ਵਿੱਚ ਜਿਹੜੇ ਉਹੀ ਪੰਚਾਇਤ ਦੀਆਂ ਜ਼ਮੀਨਾਂ ਜਾਂ ਸਰਕਾਰੀ ਜਾਇਦਾਦ ਨੂੰ ਨੱਪੀ ਬੈਠੇ ਆ ਹੋਰ ਕੋਈ ਗੱਲਬਾਤ ਹੋ ਗਈ ਮੈਂ ਗੱਲਬਾਤ ਕਰਾਂਗੀ ਹੋ ਰਹਿ ਗਈ ਉਹ ਗੱਲਬਾਤ ਬਸ ਠੀਕ ਆ ਜੇ ਕੋਈ ਰਹਿ ਗਈ ਤਾਂ ਫਿਰ ਗੱਲਬਾਤ ਕਰ ਲਾਂਗੇ ਠੀਕ ਆ ਜੀ ਅਖੀਰ ਦੇ ਉੱਤੇ ਤੇ ਮੈਂ ਜਿੰਨੀਆਂ ਮੇਰੀਆਂ ਗੱਲਾਂ ਨੇ ਉਹ ਕਿਸੇ ਵੀ ਪਾਰਟੀ ਦਾ ਹਮਾਇਤੀ ਹੋ ਸਕਦਾ ਆਮ ਆਦੀਮ ਪਾਰਟੀ ਦਾ ਬਾਦਲਾ ਦਾ ਕਾਂਗਰਸ ਦਾ ਕਿਸੇ ਹੋਰ ਪਾਰਟੀ ਦਾ ਕਿਸੇ ਵੀ ਗੱਲ ਦੀ ਆਲੋਚਨਾ ਕਰਨ ਦੀ ਸਾਰਥਕ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਅਸੀਂ ਪੰਜਾਬ ਲਈ ਲੜ ਰਹੇ ਹਾਂ ਔਰ ਜਿਹੜਾ ਬੰਦਾ ਪੰਜਾਬ ਦੇ ਵਧੀਆ ਬਿਹਤਰ ਭਵਿੱਖ ਲਈ ਕੰਮ ਕਰੂਗਾ ਵਧੀਆ ਕੰਮ ਕਰੂਆ ਇਮਾਨਦਾਰੀ ਨਾਲ ਕੰਮ ਕਰੂ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਦੀ ਸ਼ਲਾਘਾ ਵੀ ਕਰਾਂਗੇ ਉਹਦਾ ਧੰਨਵਾਦ ਵੀ ਕਰਾਂਗੇ ਸ਼ਾਬਾਸ਼ ਵੀ ਦੇਵਾਂਗੇ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਕਰਾਂਗੇ ਹਾਂ ਸਮੇਂ-ਸਮੇਂ ਤੇ ਜਿਹੜੇ ਕੰਮ ਨੇ ਸਰਕਾਰ ਨਵੀਂ ਬਣੀ ਆ 2 ਮਹੀਨੇ ਸਮਾਂ ਹੋਇਆ ਪਰ ਜਿਹੜੇ ਕੰਮ ਕਰਨ ਵਾਲੇ ਆ ਉਹਦੇ ਬਾਰੇ ਸੁਝਾਅ ਵੀ ਤੇ ਉਹਦੇ ਬਾਰੇ ਸਰਕਾਰ ਨੂੰ ਦੱਸਦੇ ਵੀ ਰਹਾਂਗੇ ਬਈ ਨਸ਼ਾ ਘਟੇ ਨਹੀਂ ਬਈ ਹਜੇ ਨਸ਼ਾ ਨਹੀਂ ਘਟਿਆ ਬਿਲਕੁਲ ਇਹ ਗੱਲ ਜਾਇਜ਼ ਹੈ ਇਸ ਗੱਲ ਦੇ ਉੱਤੇ ਬੜੀ ਗੌਰ ਕਰਨ ਦੀ ਲੋੜ ਹੈ ਕਿ ਨਸ਼ਾ ਜਦੋਂ ਸਰਕਾਰ ਬਣੀ ਮੁੱਖ ਮੰਤਰੀ ਨੇ ਸੌਂ ਚੱਕੀ ਸੀ ਤਾਂ ਇੱਕਦਮ ਖੱਡਾਂ 'ਚ ਵੱਢ ਗਏ ਸੀਗੇ ਜਿੰਨੇ ਸਮਗਲਰ ਸੀਗੇ ਚਿੱਟਾ ਵੇਚਣ ਵਾਲੇ ਭਾਜੋ ਲੱਗਿਆ ਵੀ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਜਾਂ ਕੋਈ ਪਤਾ ਨਹੀਂ ਪਤਾ ਕਾਰ ਨਹੀਂ ਸਮਝ ਲੱਗ ਰਹੀ ਵੀ ਕਿਉਂ ਨਹੀਂ ਘਟ ਰਿਹਾ ਰੋਜ਼ ਆਪਾਂ ਦੇਖਦੇ ਆਂ ਅਖਬਾਰ ਭਰੇ ਵੇ ਪੰਜ ਪੰਜ ਸੱਤ ਸੱਤ ਮੁੰਡੇ ਰੋਜ਼ ਨੌਜਵਾਨ ਟੀਕੇ ਲਾ ਲਾ ਕੇ ਮਰ ਰਹੇ ਆ ਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਇਹਦੇ ਉੱਤੇ ਵੀ ਸਰਕਾਰ ਨੂੰ ਬਹੁਤ ਜਲਦੀ ਨੱਥ ਪਾਉਣ ਦੀ ਲੋੜ ਆ ਤੇ ਬੜੇ ਨਿੱਠ ਕੇ ਕੰਮ ਕਰਨ ਦੀ ਲੋੜ ਆ ਇਹ ਬੜਾ ਸਮਝਦਾਰੀ ਨਾਲ ਨਿੱਠ ਕੇ ਇਹਦੇ ਲਈ ਬੜੇ ਸਖਤ ਫੈਸਲੇ ਲੈਣੇ ਪੈਣੇ ਆ ਜਿਵੇਂ ਉਹ ਪਿੱਛੇ ਜੇ ਹੁੰਦਾ ਸੀ ਕਿ ਜੇ ਕਿਤੇ ਇੱਕ ਸਿੱਸ਼ੀ ਫੜੀ ਗਈ ਕਰੈਕਸ ਦੀ ਤਾਂ 10 ਸਾਲ ਕੈਦ ਸੀ ਇਹ ਐਂ ਹੀ ਕਰਨਾ ਪੈਣਾ ਜੇ ਕਿਤੇ ਇੱਕ ਬਿੱਟ ਵੀ ਫੜੀ ਜਾਂਦੀ ਹੈ ਦੋ ਬਿੱਟਾਂ ਹੀ ਫੜੀਆਂ ਜਾਂਦੀਆਂ ਉਹਦੀ 2 ਸਾਲ ਜਮਾਨਤ ਨਾ ਹੋਵੇ ਬਈ ਕਮੈਂਟ ਕਰੀ ਜਾਂਦੇ ਵਿੱਚ ਲੋਕ ਵੀ ਜਿਹੜਾ ਡਾਕਟਰ ਅੱਜ ਟੰਗਿਆਗਾ ਉਹਦੇ ਬਾਰੇ ਹੂੰ ਤਾਂ ਆਪਾਂ ਬੂਲੀ ਦਿੱਤਾ ਪਹਿਲਾਂ ਹਾਂ ਵੀ ਉਹਦੇ ਬਾਰੇ ਬਈ ਲਖਿਆ ਗਿਆਣਾ ਚਾਹੁੰਦਾ ਠੀਕ ਹੈ ਜਿਹੜਾ ਬੰਦਾ ਮਾੜਾ ਕਰੂ ਬੜਾ ਵਧੀਆ ਕੰਮ ਕੀਤਾ ਬਹੁਤ ਬਿਲਕੁਲ ਮੈਂ ਤਾਂ ਆਪ ਕਹਿਣਾ ਜਿਵੇਂ ਅੱਜ ਭਵਨ ਸਨਮਾਨ ਨੇ ਆਪ ਖੁਦ ਇੱਕ ਆਪਣਾ ਬਿਆਨ ਦਿੱਤਾ ਕਿ ਇਹ ਤਾਂ ਵਿਰੋਧੀ ਨੂੰ ਕਿਸੇ ਨੂੰ ਪਤਾ ਵੀ ਨਹੀਂ ਸੀ ਇਹਦਾ ਕਿਸੇ ਬਾਦਲ ਵਾਲੇ ਨੂੰ ਕਿਸੇ ਕਾਂਗਰਸੀ ਨੂੰ ਪਤਾ ਵੀ ਨਹੀਂ ਸੀ ਕਿਸੇ ਹੋਰ ਨੂੰ ਵੀ ਜਿਹੜਾ ਸਿਹਤ ਮੰਤਰੀ ਐ ਮਾਨਸਾਲਾ ਉਹ ਕੋਈ ਰਿਸ਼ਵਤਖੋਰੀ ਕਰ ਰਿਹਾ ਕੋਈ ਕਮਿਸ਼ਨ ਮੰਗ ਰਿਹਾ 1% ਇਹਦਾ ਖੁਦ ਉਹਨਾਂ ਨੇ ਫੜਿਆ ਚੰਗੀ ਗੱਲ ਆ ਜਿਹੜਾ ਕੰਮ ਤੁਸੀਂ ਚੰਗਾ ਕਰੋਗੇ ਹਮੇਸ਼ਾ ਤੁਹਾਨੂੰ ਚੰਗੇ ਨੂੰ ਚੰਗਾ ਹੀ ਕਹਿਣਾ ਪੈਂਦਾ ਉਹਨਾਂ ਜੋ ਅਸੀਂ ਹੈ ਨਹੀਂ ਵੀ ਹਰ ਗੱਲ ਨੂੰ ਹੀ ਅਸੀਂ ਨਿੰਦਨ ਵਾਲੀਆਂ ਵੀ ਨਿੰਦੀ ਜਾਵਾਂਗੇ ਨਹੀਂ ਅਜੇ ਤਾਂ ਚਾਹੁੰਦੇ ਵੀ ਕਿਸੇ ਵੀ ਤਰੀਕੇ ਨਾਲ ਇਹ ਪੰਜਾਬ ਬਚ ਰਵੇ ਸਾਡੇ ਪਾਣੀ ਸਾਡੀਆਂ ਬੋਲੀਆਂ ਸਾਡਾ ਇਤਿਹਾਸ ਵਿਰਸਾ ਸੱਭਿਆਚਾਰ ਬਚੀ ਰਹੇ ਬੇ ਜਉਂਦੀ ਰਹੇ ਇਹ ਆਉਣ ਵਾਲੀਆਂ ਪੁਸਤਕਾਂ ਪੀੜ੍ਹੀਆਂ ਲਈ ਇਹ ਧਰਤੀ ਆਵਾਜ਼ ਰਹੇ ਮੈਂ ਇਨ ਇਸ ਕਰਕੇ ਜਿਹੜਾ ਬੰਦਾ ਚੰਗਾ ਕਰੂਗਾ ਬਾਈ ਉਹਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ